ਪਹਿਲਾਂ ਤਾਂ ਦੁੱਧ ਜਿਹੜੇ ਪ੍ਰੋਡਿਊਸਰ ਨੇ ਸਾਡੇ, ਜਿਹੜੇ ਸਾਡੇ ਨਾਲ ਫਾਰਮਰ ਜੁੜੇ ਹੋਏ ਨੇ, ਚਾਹੇ ਉਹ ਛੋਟਾ ਫਾਰਮਰ ਆ ਚਾਹੇ ਉਹ ਵੱਡਾ ਫਾਰਮਰ ਆ, ਉਹ ਸਾਰੇ ਦੁੱਧ ਇੱਕ BMC ਜਾਂ ਮਿਲਕ ਚਿਲਿੰਗ ਸੈਂਟਰ 'ਚ ਪਾਉਂਦੇ ਆ। ਉਦੋਂ ਬਾਅਦ ਉਹਨਾਂ ਉਹ ਜਿਹੜਾ ਦੁੱਧ ਪ੍ਰੋਕਿਓਰ ਹੋ ਜਾਂਦਾ ਆ, ਉਹ ਦੁੱਧ ਨੂੰ ਰੋਡ ਮਿਲਕ ਟੈਂਕਰਸ ਦੇ ਥਰੂ ਪਲਾਂਟ ਦੇ ਵਿੱਚ ਲਿਆਂਦਾ ਜਾਂਦਾ। ਦੁੱਧ ਨੂੰ ਪਹਿਲਾਂ ਰਿਸੀਵ ਹੋਣ ਤੋਂ ਬਾਅਦ ਉਹਨੂੰ ਠੰਡਾ ਕਰਿਆ ਜਾਂਦਾ, ਚਿਲਰ ਥਰੂ ਕੱਢਿਆ ਜਾਂਦਾ। ਜਦੋਂ ਚਿਲਰ ਥਰੂ ਕੱਢ ਕੇ ਉਹਦੀ ਸਟੋਰੇਜ ਬਲਕ ਮਿਲਕ ਕੂਲਰਸ ਨਾਲ ਕਰੀ ਜਾਂਦੀ, ਉਹ ਇੰਸੂਲੇਟਡ ਟੈਂਕ ਹੁੰਦੇ ਆ, ਅਤੇ ਉਹ ਉਹਨਾਂ 'ਚ ਆਲਮੋਸਟ ਉਹ 8 ਘੰਟੇ ਹੱਦ ਤੋਂ ਹੱਦ ਉਸ ਵਿੱਚ ਰਹਿੰਦਾ ਆ। ਵੱਡਾ ਕੰਡਾ ਲੱਗਿਆ ਹੋਇਆ ਸਾਡਾ, ਉਹਦੇ ਉੱਤੇ ਵੇਟ ਕਰਿਆ ਜਾਂਦਾ ਆ। ਉਦੋਂ ਬਾਅਦ ਉਹ ਕੁਆਲਿਟੀ ਚੈੱਕ ਕਰਨ ਵਾਸਤੇ ਕੁਆਲਿਟੀ ਲੈਬ ਦੇ ਅੱਗੇ ਸੈਂਪਲਿੰਗ ਵਾਸਤੇ ਆਉਂਦਾ ਆ। ਸੈਂਪਲਿੰਗ ਹੋ ਰਹੀ ਸੀਗੀ, ਉਹ ਦੁੱਧ ਨੂੰ ਮਿਕਸ ਕਰਕੇ ਪ੍ਰੋਪਰ ਪਲੰਜਿੰਗ ਕਰਕੇ ਤਾਂ ਕਿ ਇੱਕ ਯੂਨੀਫਾਰਮ ਸੈਂਪਲ ਆਵੇ, ਬਿਲਕੁਲ ਸੈਂਪਲ ਦਾ ਪੂਰਾ ਸਾਰਾ ਉਹਦਾ, ਕਿਤੇ ਇਹ ਨਾ ਹੋਵੇ ਉੱਪਰੋਂ ਦੀ ਸੈਂਪਲ ਆ ਜਾਏ ਜਾਂ ਨੀਚੋਂ ਦੀ ਆ ਜਾਏ, ਤਾਂ ਪੂਰਾ ਮਿਕਸ ਕਰਕੇ ਉਹਦਾ ਜਿਹੜਾ ਸੈਂਪਲ ਲਿਆ ਜਾਏ। ਹਾਂਜੀ, ਸਾਹਮਣੇ ਵਾਲੀ ਵਿੰਡੋ 'ਚੋਂ ਪਲੰਜਿੰਗ ਤੋਂ ਬਾਅਦ ਜਿਹੜੇ ਸੈਂਪਲ ਡਰਾਅ, ਯੂਨੀਫਾਰਮ ਸੈਂਪਲ ਡਰਾਅ ਹੋਏ ਆ, 3 ਬੋਟਲਸ ਵਿੱਚ ਸੈਂਪਲ ਡਰਾਅ ਹੁੰਦੇ ਆ। ਦੋ ਬੋਟਲਸ ਇੱਥੇ ਸੈਂਪਲਿੰਗ ਵਾਸਤੇ ਰੱਖੀਆਂ ਨੇ, ਇੱਕ ਕੰਟਰੋਲ ਸੈਂਪਲ ਮੇਨ ਗੇਟ 'ਤੇ ਰੱਖਿਆ ਜਾਂਦਾ, ਅਤੇ ਜਿਹੜੇ ਇਨ ਕੇਸ ਆਫ ਐਨੀ ਡਿਸਕ੍ਰਿਪੈਂਸੀ, ਸਮਬਡੀ ਵਾਂਟਸ ਰਿਪੀਟ, ਕਿਸੇ ਨੂੰ ਰਿਪੀਟ ਸੈਂਪਲ ਕਰਾਉਣਾ ਆ, ਤਾਂ ਉਹ ਉੱਥੋਂ ਸੈਂਪਲ ਲਿਜਾ ਕੇ, ਚਾਹੇ ਜਿੰਨੇ ਵੀ ਟੈਂਕਰ ਆ ਰਹੇ ਨੇ ਉਹਨਾਂ ਦਾ ਇੱਕ ਸੈਂਪਲ ਗੇਟ 'ਤੇ ਹਰ ਇੱਕ। ਹਾਂਜੀ ਬਿਲਕੁਲ, ਕਿ ਦੁੱਧ ਦਾ ਹਰ ਇੱਕ ਕਣ ਇੱਕ ਟਾਈਮ ਟੈਂਪਰੇਚਰ ਕੰਬੀਨੇਸ਼ਨ ਦੇ ਥਰੂ ਨਿਕਲਦਾ, ਤਾਂ ਜੋ ਕਿ ਉਹਦੇ ਵਿੱਚ ਉਹਨੂੰ ਸਪੋਇਲੇਜ ਬੈਕਟੀਰੀਆ, ਕੋਈ ਖਰਾਬ ਕਰਨ ਵਾਲਾ ਬੈਕਟੀਰੀਆ, ਕੋਈ ਪੈਥੋਜੈਨਿਕ ਜਿਹੜਾ ਕਿ ਬਿਮਾਰੀ ਪੈਦਾ ਕਰਨ ਵਾਲਾ ਬੈਕਟੀਰੀਆ, ਕੋਈ ਵੀ ਇਹ ਦੋਨੋਂ ਤਰ੍ਹਾਂ ਦੇ ਬੈਕਟੀਰੀਆ ਦੀ ਮਾਤਰਾ ਬਿਲਕੁਲ ਘੱਟ ਜਾਵੇ, ਜਿੰਨੀ ਮੈਕਸੀਮਮ ਘੱਟ ਸਕਦੀ ਆ ਘੱਟ ਸਕੇ, ਅਤੇ ਪਲੱਸ ਘੱਟੇ ਵੀ ਅਤੇ ਦੁੱਧ ਦੀ ਕੁਆਲਿਟੀ 'ਚ ਵੀ ਫਰਕ ਨਾ ਪਵੇ। ਕਰੀਮ ਸਟੋਰ ਕਰਦੇ ਹਾਂ, ਉਹਦੀ ਏਜਿੰਗ ਹੁੰਦੀ ਆ, ਬਟਰ ਮਿਲਕ ਸਟੋਰ ਹੁੰਦਾ ਆ, ਜਦੋਂ ਕਰੀਮ ਅਤੇ ਬਟਰ ਬਣਦਾ ਬਟਰ ਮਿਲਕ ਸਟੋਰ ਕਰਨਾ, ਉਹ ਇੱਦਾਂ ਟੈਂਕਾਂ 'ਚ ਹੀ ਹੁੰਦਾ। ਇੱਥੇ ਟੱਪ ਫਾਰਮ ਹੋਇਆ, ਬਟਰ ਡੋਜ਼ ਹੋਇਆ, ਅਤੇ ਇਹਦੇ ਨਾਲ ਹੀ ਲੱਗੇ ਅੱਗੇ ਉੱਪਰਲੀ ਲਾਈਨ ਦਾ ਜਿਹੜਾ ਆਪਣੀ ਪੋਲੀ ਐਲੂਮੀਨੀਅਮ ਫੋਇਲ ਦਾ ਸੀਲਿੰਗ ਸ਼ੁਰੂ ਹੋ ਜਾਣੀ ਆ। ਸੀਲਿੰਗ ਤੋਂ ਬਾਅਦ ਇਹਦੇ ਵਿੱਚ ਹੀ ਆਪਣੀ ਪ੍ਰਿੰਟਿੰਗ ਹੋ ਜਾਣੀ ਆ। ਜਦੋਂ ਟੱਪ ਫਾਰਮ ਹੁੰਦਾ ਨਾ, ਟੱਪ ਦੇ ਬੋਟਮ ਦੇ ਉੱਤੇ ਹੀ ਪ੍ਰਿੰਟਿੰਗ ਹੋ ਜਾਂਦੀ ਆ। ਜੇ ਮੰਨ ਲਓ ਕਿਸੇ ਮਸ਼ੀਨ ਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਆ ਜਾਏ ਤਾਂ ਉੱਥੇ ਜਾਣਾ ਪੈਂਦਾ ਜਾਂ ਉਹ ਵੀ ਇੱਥੇ ਹੀ ਠੀਕ ਹੁੰਦੀ ਹੈ? ਨਹੀਂ ਜੀ, 50% ਆਪਣੇ ਤੋਂ ਨੋਲੇਜ ਪਤਾ ਲੱਗ ਜਾਂਦਾ ਵੀ ਫਾਲਟ ਕੀ ਆ ਰਿਹਾ ਆ। ਜੇ ਆਪਣੇ ਮਕੈਨੀਕਲੀ ਫਾਲਟ ਆ ਜਾਂ ਕੋਈ ਇਲੈਕਟ੍ਰੀਕਲੀ ਫਾਲਟ ਆ, ਆਪਣੇ ਉਹਦੇ ਸ਼ੋ ਹੋ ਜਾਂਦਾ ਜੀ ਆਪਣੇ ਕੋਲ ਫਾਲਟ ਕਿਹੜਾ, ਜੇ ਫਾਲਟ ਆ ਰਿਹਾ ਆਪਣੇ ਕੋਲ, ਬੋਲ ਫਾਲਟ ਆ ਰਿਹਾ ਜਾਂ ਕੋਈ ਫਾਲਟ ਆ ਰਿਹਾ ਆਪਣੇ ਕੋਲ। ਐਡਵਾਂਸ ਟੈਕਨੀਕ ਹੈ ਕਿ ਇੱਥੋਂ ਹੀ ਸਾਰਾ ਕੁਝ ਕੰਟਰੋਲ ਹੁੰਦਾ? ਹਾਂਜੀ ਸਰ, ਕੰਟਰੋਲ ਹੁੰਦਾ, ਕੁਝ ਟੈਕਨੀਕਲ ਗਲਿਚਸ ਹੋ ਜਾਂਦੇ ਆ ਜਿਹੜੇ, ਉਹਨਾਂ ਵਾਸਤੇ ਸਾਨੂੰ ਜਾ ਕੇ ਮੈਨੂਅਲੀ ਓਪਰੇਟ ਕਰਨਾ ਪੈਂਦਾ। ਇਸ 7 ਦੇ 7 ਵਰਟੀਕਲ ਨੇ, ਹਰ ਇੱਕ ਦੀ 1 ਲੱਖ ਦੀ ਕਪੈਸਿਟੀ ਆ। 1 ਲੱਖ? ਹਾਂਜੀ, ਮਤਲਬ 7 ਲੱਖ ਜਿਹੜਾ ਲੀਟਰ ਦੁੱਧ ਇੱਥੇ ਸਟੋਰ ਹੋ ਜਾਂਦਾ। ਬਿਲਕੁਲ, 7 ਲੱਖ ਲੀਟਰ ਦੁੱਧ, ਇਹਦੇ ਵਿੱਚੋਂ 3 ਡੈਜ਼ੀਗਨੇਟਡ ਨੇ ਰੋ ਮਿਲਕ ਵਾਸਤੇ, ਬਾਕੀ 4 ਨੇ ਪੈਸਚਰਾਈਜ਼ਡ ਮਿਲਕ ਵਾਸਤੇ। ਦੋਸਤੋ, ਤੁਸੀਂ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਅਤੇ ਮੈਂ ਸ਼ਸ਼ਮ ਨਾਗਰਾ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ। ਵੇਰਕਾ ਨਾਮ ਤਾਂ ਤੁਸੀਂ ਸਾਰਿਆਂ ਨੇ ਜ਼ਰੂਰ ਸੁਣਿਆ ਹੋਊਗਾ, ਤੁਹਾਡੇ ਦਿਨ ਦੀ ਸ਼ੁਰੂਆਤ ਵੀ ਮੈਨੂੰ ਲੱਗਦਾ ਹੈ ਕਿ ਵੇਰਕਾ ਦੇ ਨਾਲ ਹੁੰਦੀ ਹੋਊਗੀ, ਕਿਉਂਕਿ ਜ਼ਿਆਦਾਤਰ ਲੋਕ ਆਪਣੇ ਦਿਨ ਦੀ ਸ਼ੁਰੂਆਤ ਚਾਹ ਜਾਂ ਦੁੱਧ ਦੇ ਨਾਲ ਕਰਦੇ ਹੈ।
ਜੇਕਰ ਕੋਈ ਚਾਹ ਜਾਂ ਦੁੱਧ ਨਹੀਂ ਪੀਂਦਾ ਤਾਂ ਮੈਨੂੰ ਲੱਗਦਾ ਕਿ ਜਦੋਂ ਸਵੇਰੇ ਤੁਸੀਂ ਪਰੌਂਠੇ ਖਾਂਦੇ ਹੋਵੋਗੇ ਤਾਂ ਉੱਪਰ ਬਟਰ ਦਾ ਜਿਹੜਾ ਇਸਤੇਮਾਲ ਯੂਜ਼ ਜ਼ਰੂਰ ਕਰਦੇ ਹੋਵੋਗੇ, ਵੇਰਕਾ ਦਾ ਜਿਹੜਾ ਬਟਰ ਹੈ। ਮੈਨੂੰ ਲੱਗਦਾ ਕਿ ਹਰ ਇਨਸਾਨ ਨੇ ਵੇਰਕਾ ਇੱਕ ਵਾਰ ਤਾਂ ਜ਼ਿੰਦਗੀ ਦੇ ਵਿੱਚ ਜ਼ਰੂਰ ਖਾਧਾ ਹੋਊਗਾ ਜਾਂ ਫਿਰ ਤੁਸੀਂ ਹਰ ਰੋਜ਼ ਖਾਂਦੇ ਹੋਵੋਗੇ। ਪਰ ਤੁਹਾਡੇ ਮਨ ਦੇ ਵਿੱਚ ਕੀ ਇਹ ਸਵਾਲ ਨਹੀਂ ਪੈਦਾ ਹੁੰਦਾ ਕਿ ਜਿਹੜਾ ਦੁੱਧ ਤੁਹਾਡੇ ਘਰਾਂ ਤੱਕ ਪਹੁੰਚਦਾ ਹੈ ਉਹਦਾ ਪ੍ਰੋਸੈਸ ਕੀ ਹੈ, ਉਹ ਪੈਕਟਾਂ ਦੇ ਵਿੱਚ ਤਿਆਰ ਹੋ ਕੇ ਕਿਵੇਂ ਤੁਹਾਡੇ ਘਰਾਂ ਤੱਕ ਪਹੁੰਚਦਾ ਹੈ? ਇਹ ਤੁਹਾਨੂੰ ਅਸੀਂ ਜਿਹੜਾ ਮੋਹਾਲੀ ਦਾ ਵੇਰਕਾ ਪਲਾਂਟ ਹੈ ਉਸਦੇ ਵਿੱਚ ਦੱਸਿਆ ਕਿ ਕਿਵੇਂ ਜਿਹੜਾ ਦੁੱਧ ਤੁਹਾਡੇ ਘਰਾਂ ਤੱਕ ਪਹੁੰਚਦਾ। ਅੱਜ ਅਸੀਂ ਲੁਧਿਆਣਾ ਪਹੁੰਚੇ ਹਾਂ ਤੁਹਾਨੂੰ ਇਹ ਦਿਖਾਉਣ ਦੇ ਲਈ ਕਿ ਜਿਹੜਾ ਬਟਰ ਤੁਸੀਂ ਆਪਦੇ ਪਰੌਂਠਿਆਂ ਤੇ ਲਾ ਕੇ ਖਾਂਦੇ ਹੋ ਉਹ ਤਿਆਰ ਕਿਵੇਂ ਹੁੰਦਾ ਤੇ ਤੁਹਾਡੇ ਘਰਾਂ ਤੱਕ ਕਿਵੇਂ ਪਹੁੰਚਦਾ। ਸੋ ਅੱਜ ਅਸੀਂ ਲੁਧਿਆਣਾ ਵਾਲੇ ਜਿਹੜੇ ਵੇਰਕਾ ਪਲਾਂਟ ਦਾ ਟੂਰ ਕਰਾਂਗੇ ਤੇ ਮੈਮ ਮੇਰੇ ਨਾਲ ਦਲਵੀਰ ਮੈਮ ਮੇਰੇ ਨਾਲ ਇਸ ਵਕਤ ਮੌਜੂਦ ਨੇ ਜੋ ਸਾਨੂੰ ਸਾਰੀ ਜਾਣਕਾਰੀ ਵੀ ਦੇਣਗੇ ਤੇ ਸਾਰਾ ਜਿਹੜਾ ਇਹ ਪਲਾਂਟ ਹੈ ਉਹ ਵੀ ਦਿਖਾਉਣਗੇ ਤੇ ਇਹ ਵੀ ਦੱਸਣਗੇ ਕਿ ਬਟਰ ਕਿਵੇਂ ਤਿਆਰ ਹੁੰਦਾ। ਮੈਮ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ, ਸਾਨੂੰ ਡਿਟੇਲ ਦੇ ਵਿੱਚ ਦੱਸੋ ਕੀ ਪ੍ਰੋਸੈਸ ਕੀ ਰਹਿੰਦਾ। ਸਤਿ ਸ਼੍ਰੀ ਅਕਾਲ ਜੀ, ਮੈਂ ਡਿਟੇਲ ਦੇ ਵਿੱਚ ਤੁਹਾਨੂੰ ਪ੍ਰੋਸੈਸ ਸਟਾਰਟਿੰਗ ਤੋਂ ਦੱਸਾਂਗੀ। ਪਹਿਲਾਂ ਤਾਂ ਦੁੱਧ ਜਿਹੜੇ ਪ੍ਰੋਕਿਓਰ ਪ੍ਰੋਡਿਊਸਰ ਨੇ ਸਾਡੇ, ਜਿਹੜੇ ਸਾਡੇ ਨਾਲ ਫਾਰਮਰ ਜੁੜੇ ਹੋਏ ਨੇ, ਚਾਹੇ ਉਹ ਛੋਟਾ ਫਾਰਮਰ ਆ ਚਾਹੇ ਉਹ ਵੱਡਾ ਫਾਰਮਰ ਆ, ਉਹ ਸਾਰੇ ਦੁੱਧ ਇੱਕ BMC ਜਾਂ ਮਿਲਕ ਚਿਲਿੰਗ ਸੈਂਟਰ 'ਚ ਪਾਉਂਦੇ ਆ। ਉਦੋਂ ਬਾਅਦ ਉਹਨਾਂ ਉਹ ਜਿਹੜਾ ਦੁੱਧ ਪ੍ਰੋਕਿਓਰ ਹੋ ਜਾਂਦਾ ਆ ਉਹ ਦੁੱਧ ਨੂੰ ਰੋਡ ਮਿਲਕ ਟੈਂਕਰ ਦੇ ਥਰੂ ਪਲਾਂਟ ਦੇ ਵਿੱਚ ਲਿਆਂਦਾ ਜਾਂਦਾ ਹੈ। ਪਲਾਂਟ ਦੇ ਵਿੱਚ ਆਉਣ ਤੇ ਟੈਂਕਰ ਦੀ ਸੀਲ ਚੈੱਕ ਕਰਨ ਤੋਂ ਉਪਰੰਤ ਕਿੰਨੇ ਕੁ ਸੈਂਟਰ ਬਣੇ ਹੋਏ ਨੇ ਹਰ ਇੱਕ ਪਿੰਡ ਦੇ ਵਿੱਚ ਮੌਜੂਦ ਹੈ? ਬਿਲਕੁਲ ਸਰ, ਆਲਮੋਸਟ ਹਰ ਇੱਕ ਪਿੰਡ ਦੇ ਵਿੱਚ ਇੱਕ ਸੈਂਟਰ ਹੋਊਗਾ। ਜੇ ਪਿੰਡ ਵੱਡਾ ਆ ਤਾਂ 2 ਤੋਂ ਵੱਧ ਸੈਂਟਰ ਵੀ ਹੋ ਸਕਦੇ ਆ। ਜੇ ਪਿੰਡ ਛੋਟੇ ਆ ਤਾਂ 2 ਪਿੰਡਾਂ ਦਾ ਇੱਕ ਸੈਂਟਰ ਵੀ ਬਣਦਾ ਹੈ। ਉੱਥੇ ਜਾ ਕੇ ਡੇਅਰੀ ਫਾਰਮਰ ਨੇ ਆਪਣਾ ਜਿਹੜਾ ਦੁੱਧ ਹੈ ਚਾਹੇ ਕੋਈ ਛੋਟਾ ਹੈ ਚਾਹੇ ਵੱਡਾ ਹੈ ਉਹ ਉੱਥੇ ਜਾ ਕੇ ਜਮ੍ਹਾਂ ਕਰਵਾ ਦੇਣਾ, ਉਸ ਤੋਂ ਬਾਅਦ ਉਹ ਇੱਥੇ ਤੱਕ ਕਿਵੇਂ ਪਹੁੰਚਦਾ, ਉਹ ਖਰਾਬ ਨਹੀਂ ਹੁੰਦਾ ਦੁੱਧ? ਸਰ ਉਹਨੂੰ ਜਿਹੜੇ BMC ਮੈਂ ਤੁਹਾਨੂੰ ਦੱਸਿਆ ਸੀਗਾ ਬਲਕ ਮਿਲਕ ਕੂਲਰ ਹੁੰਦੇ ਆ, ਦੁੱਧ ਨੂੰ ਪਹਿਲਾਂ ਰਿਸੀਵ ਹੋਣ ਤੋਂ ਬਾਅਦ ਉਹਨੂੰ ਠੰਡਾ ਕਰਿਆ ਜਾਂਦਾ, ਚਿਲਰ ਥਰੂ ਕੱਢਿਆ ਜਾਂਦਾ। ਜਦੋਂ ਚਿਲਰ ਥਰੂ ਕੱਢ ਕੇ ਉਹਦੀ ਸਟੋਰੇਜ ਬਲਕ ਮਿਲਕ ਕੂਲਰ ਨਾਲ ਕਰੀ ਜਾਂਦੀ, ਉਹ ਇਨਸੂਲੇਟਡ ਟੈਂਕ ਹੁੰਦੇ ਆ ਤੇ ਉਹ ਉਹਨਾਂ ਚ ਆਲਮੋਸਟ ਉਹ 8 ਘੰਟੇ ਹੱਦ ਤੋਂ ਹੱਦ ਉਸ ਵਿੱਚ ਰਹਿੰਦਾ ਆ। ਉਸ ਅਬਲਾ ਤਾਂ ਅਸੀਂ ਉਸ ਤੋਂ ਪਹਿਲਾਂ ਹੀ ਉਹਨੂੰ ਲਿਫਟ ਕਰਾਉਣ ਦੀ ਕੋਸ਼ਿਸ਼ ਕਰਦੇ ਆ, ਮੈਕਸਿਮਮ 4 ਆਵਰਸ ਦੇ ਵਿੱਚ ਉਹਦੀ ਲਿਫਟਿੰਗ ਹੋ ਜਾਵੇ। ਨੇੜੇ ਵਾਲੇ ਵੇਰਕਾ ਮਿਲਕ ਪਲਾਂਟ ਦੇ ਵਿੱਚ ਪਹੁੰਚ ਜਾਂਦਾ? ਬਿਲਕੁਲ ਸਰ, ਸਭ ਤੋਂ ਨੇੜੇ ਵਾਲੇ ਮਿਲਕ ਪਲਾਂਟ ਦੇ ਵਿੱਚ ਪਹੁੰਚੂਗਾ, ਰੋਡ ਮਿਲਕ ਟੈਂਕਰ 'ਚ, ਜਿਹੜੇ ਕਿ ਇਨਸੂਲੇਟਡ ਹੁੰਦੇ ਆ ਤਾਂ ਕਿ ਜਿਹੜਾ ਠੰਡਾ ਦੁੱਧ ਉਹ ਗਰਮ ਨਾ ਹੋਵੇ ਕਿਉਂਕਿ ਤਾਪਮਾਨ ਬਹੁਤ ਜ਼ਿਆਦਾ ਵੱਧ ਰਿਹਾ ਹੈ। ਉਹਦੇ ਕਿੰਨੇ ਲੀਟਰ ਦੇ ਇਹਨਾਂ ਦੇ ਵਿੱਚ ਆਉਂਦਾ? ਇਹਨਾਂ ਟੈਂਕਰਾਂ ਦੇ ਜਾਂਦਾ। ਇਹਨਾਂ ਟੈਂਕਰਾਂ ਦੇ ਹਰ ਇੱਕ ਦੇ 2 ਪੋਰਸ਼ਨ ਨੇ ਤੇ ਦੋਨਾਂ ਪੋਰਸ਼ਨ ਦੇ ਵਿੱਚ ਕਿਸੇ ਦਾ ਮਤਲਬ 5000 ਟੈਂਕਰ ਇੱਕ ਜਗ੍ਹਾ ਤੇ ਜਾ ਕੇ ਖੜ ਜਾਂਦਾ, ਸਾਰਾ ਦੁੱਧ ਉੱਥੇ ਆਉਂਦਾ ਤੇ ਇਹਨਾਂ ਟੈਂਕਰਾਂ ਦੇ ਵਿੱਚ ਲੋਡ ਹੋਗਾ? ਬਿਲਕੁਲ ਸਰ, ਮਤਲਬ ਪੰਪ ਥਰੂ ਅਸੀਂ ਪੰਪ ਕਰਕੇ ਇਹਨਾਂ ਟੈਂਕਰਾਂ ਦੀ ਜਿਹੜੀ ਮੈਨ ਹੋਲ ਆ ਉੱਪਰੋਂ ਜਿਹੜਾ ਹੋਲ ਆ ਉਹਦੇ ਵਿੱਚ ਲਿਫਟ ਕਰਦੇ ਹਾਂ। ਆਫਟਰ ਮੈਜਰਿੰਗ ਹੁੰਦਾ ਉਹ ਲਿਫਟ, ਉਦੋਂ ਬਾਅਦ ਹਰ ਇੱਕ BMC ਇੱਕ ਰੋਡ ਮਿਲ ਟੈਂਕਰ ਘੱਟੋ ਘੱਟ 4 ਤੋਂ 5 BMC ਦੇ ਵਿੱਚ ਜਾਂਦਾ ਆ, ਦੁੱਧ ਕਲੈਕਟ ਕਰਦਾ ਆ ਤੇ ਆਪਣਾ ਰੂਟ ਪੂਰਾ ਕਰਨ ਉਪਰੰਤ ਪਲਾਂਟ ਵਿੱਚ ਰਿਸੀਵ ਹੁੰਦਾ ਆ। ਰਿਸੀਵ ਹੋਣ ਤੋਂ ਬਾਅਦ ਉਹਦੀ ਸੀਲ ਚੈੱਕ ਕਰੀ ਜਾਂਦੀ ਆ, ਫਿਰ ਉਹਨੂੰ ਵੇਇੰਗ ਸਕੇਲ ਦੇ ਉੱਤੇ ਵੱਡਾ ਕੰਡਾ ਲੱਗਿਆ ਹੋਇਆ ਸਾਡਾ ਉਹਦੇ ਉੱਤੇ ਵੇਟ ਕਰਿਆ ਜਾਂਦਾ ਆ। ਉਦੋਂ ਬਾਅਦ ਉਹ ਕੁਆਲਿਟੀ ਚੈੱਕ ਕਰਨ ਵਾਸਤੇ ਕੁਆਲਿਟੀ ਲੈਬ ਦੇ ਅੱਗੇ ਸੈਂਪਲਿੰਗ ਵਾਸਤੇ ਆਉਂਦਾ ਆ। ਅੱਛਾ ਜੀ, ਜਦੋਂ ਉਹਦੀ ਸੈਂਪਲਿੰਗ ਹੋ ਰਹੀ ਸੀਗੀ ਉਹ ਦੁੱਧ ਨੂੰ ਮਿਕਸ ਕਰਕੇ ਪ੍ਰੋਪਰ ਪਲੰਜਿੰਗ ਕਰਕੇ ਤਾਂ ਕਿ ਇੱਕ ਯੂਨੀਫਾਰਮ ਸੈਂਪਲ ਆਵੇ, ਬਿਲਕੁਲ ਸੈਂਪਲ ਦਾ ਪੂਰਾ ਸਾਰਾ ਉਹਦਾ ਕਿਤੇ ਇਹ ਨਾ ਹੋਵੇ ਕਿ ਉੱਪਰੋਂ ਦੀ ਸੈਂਪਲ ਆ ਜਾਏ ਜਾਂ ਨੀਚੋਂ ਦੀ ਆ ਜਾਏ, ਤਾਂ ਪੂਰਾ ਮਿਕਸ ਕਰਕੇ ਉਹਦਾ ਜਿਹੜਾ ਸੈਂਪਲ ਲਿਆ ਜਾਂਦਾ। ਹਾਂਜੀ, ਤੇ ਉਸ ਤੋਂ ਬਾਅਦ ਸੈਂਪਲ ਇਸ ਲੈਬ ਦੇ ਵਿੱਚ ਚਲਾ ਜਾਂਦਾ, ਸਾਹਮਣੇ ਵਾਲੀ ਡੌਕ ਲੈਬ ਦੇ ਵਿੱਚ ਚਲੇ ਜਾਂਦਾ ਆ। ਡੌਕ ਲੈਬ ਦੇ ਵਿੱਚ ਉਸਦੀ ਐਡਲਟਰੇਸ਼ਨ, ਫੈਟ SNF, ਟੈਂਪਰੇਚਰ ਸਾਰਾ ਕੁਝ ਚੈੱਕ ਹੁੰਦਾ ਆ। ਜਦੋਂ ਉਹ ਚੈੱਕ ਹੋ ਜਾਂਦਾ ਆ ਉਹ ਡਿਸਪਲੇ ਤੇ ਵੀ ਆਉਂਦਾ ਆ ਤੇ ਇਹਨਾਂ ਨੂੰ ਸਲਿੱਪ ਦਿੱਤੀ ਜਾਂਦੀ ਆ ਤੇ ਉਹ ਸਲਿੱਪ ਰਿਸੈਪਸ਼ਨ ਡੌਕ ਵਾਲਾ ਬੰਦਾ ਰਿਸੀਵ ਕਰਕੇ ਰਿਸੀਵਿੰਗ ਸ਼ੁਰੂ ਕਰੀ ਜਾਂਦੀ ਆ। ਅੱਛਾ, ਕੀ ਆਪਾਂ ਅੰਦਰ ਤੋਂ ਦੇਖ ਸਕਦੇ ਹਾਂ?
ਬਿਲਕੁਲ ਸੈਂਪਲਿੰਗ। ਅੱਛਾ, ਉਸ ਤੋਂ ਬਾਅਦ ਜਦੋਂ ਇਹ ਸਾਬਿਤ ਹੋ ਜਾਂਦਾ ਜਾਂ ਇਹ ਪਤਾ ਲੱਗ ਜਾਂਦਾ ਕਿ ਕੀ ਸੈਂਪਲਿੰਗ ਠੀਕ ਹੈ, ਉਸ ਤੋਂ ਬਾਅਦ ਇਹ ਪਾਈਪਸ ਰਾਹੀਂ ਕੁਆਲਿਟੀ ਲੈਬ ਵੱਲੋਂ ਸੈਂਪਲਿੰਗ ਸਲਿਪ ਮਿਲ ਜਾਂਦੀ ਹੈ ਵੀ ਸੈਂਪਲ ਕਲੀਅਰਡ ਹੈ। ਉਦੋਂ ਬਾਅਦ ਉਹਨੂੰ ਰੋਡ ਮਿਲ ਟੈਂਕਰ ਨੂੰ ਐਮਪਟੀ ਕਰਿਆ ਜਾਂਦਾ ਰਿਸੈਪਸ਼ਨ ਦੇ ਉੱਤੇ, ਜਿਹੜੇ ਸਾਹਮਣੇ ਲੱਗੇ ਆ ਇਹ ਬੈਲੈਂਸ ਟੈਂਕ ਦੇ ਰਿਸੈਪਸ਼ਨ ਦੇ। ਉਹ ਫਲੈਕਸੀਬਲ ਪਾਈਪ ਨੂੰ ਟੈਂਕਰ ਦੀ ਆਊਟਲੈਟ 'ਚ ਲਗਾ ਕੇ ਪੰਪ ਥਰੂ ਸਕਸ਼ਨ ਕਰਕੇ ਕਮਾਂਡ ਦਿੱਤੀ ਜਾਂਦੀ ਹੈ ਆਟੋਮੈਟਿਕਲੀ ਸਕਰੀਨ, ਇੱਥੇ HMI ਲੱਗਿਆ ਹੋਇਆ ਉਹ ਸਕਰੀਨ ਦੇ ਉੱਤੇ ਕਮਾਂਡ ਦਿੱਤੀ ਜਾਂਦੀ ਹੈ ਅਨਲੋਡਿੰਗ ਦੀ, ਅਤੇ ਟੈਂਕਰ ਅਨਲੋਡਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ। ਉਸ ਤੋਂ ਬਾਅਦ ਇਹਨੂੰ ਸਾਫ਼ ਕਰਕੇ ਅੱਗੇ ਚਲਾਓ। ਹਾਂਜੀ, ਇਹ ਇਹਨੂੰ ਸਾਫ਼ ਕਰਨ ਲਈ ਪਹਿਲਾਂ ਤਾਂ ਫਲੱਸ਼ਿੰਗ ਵੱਜਦੀ ਹੈ, ਜਿਹੜੇ ਉੱਪਰ ਵਾਲੇ ਉਸਦੀ ਬਾਲਸ ਨੇ ਉਹਨਾਂ ਨਾਲ ਫਲੱਸ਼ਿੰਗ ਜਾਂਦੀ ਆ। ਉਦੋਂ ਬਾਅਦ ਸਾਹਮਣੇ ਜਦੋਂ ਐਮਪਟੀ ਹੋ ਗਿਆ ਟੈਂਕ, ਸਾਹਮਣੇ CIP ਸਟੇਸ਼ਨਸ ਨੇ, CIP ਸਟੇਸ਼ਨ ਤੋਂ ਟੈਂਕਰ ਦੀ CIP ਹੋਊਗੀ। ਮਤਲਬ ਕਿ ਦੁੱਧ ਜਿਹੜਾ ਏਅਰ ਦੇ ਕਨੈਕਸ਼ਨ ਦੇ ਵਿੱਚ ਜਾਂ ਕੰਟੈਕਟ ਦੇ ਵਿੱਚ ਬਿਲਕੁਲ ਵੀ ਨਹੀਂ ਆਉਂਦਾ, ਉਦੋਂ ਬਾਅਦ 'ਚ ਸਿੱਧਾ ਪਾਈਪ ਦੇ ਥਰੂ ਮਸ਼ੀਨਾਂ ਦੇ ਵਿੱਚ ਆ ਜਾਂਦਾ। ਬਿਲਕੁਲ। ਅੱਛਾ, ਇਹ ਮਸ਼ੀਨਾਂ ਕਿੱਥੋਂ ਦੀ ਅੱਗੇ ਜਾ ਕੇ? ਇਹਦੀ ਸਰ ਲਾਈਨ ਆ ਜਿਹੜੀ, ਉਹ ਜਿਹੜਾ ਉਹ ਆਪਣਾ ਉਹਨੂੰ ਕਹਿੰਦੇ ਆਪਾਂ ਕਿ ਸਾਡੀ ਲਾਈਨ ਦੀ ਜਾਲ ਆ, ਪੰਜਾਬੀ 'ਚ ਆਪਾਂ ਜਾਲ ਕਹਿੰਦੇ ਹਾਂ, ਪਰ ਅਸੀਂ ਤਾਂ ਕਹਿੰਦੇ ਵੀ ਸਾਡੀ ਡੌਕ ਲਾਈਨ ਲਾਈਨਸ ਜਾ ਰਹੀਆਂ ਨੇ। ਉਹ ਜਿਹੜਾ ਜਾਲ ਜਾਂਦਾ ਹੈ ਉਹ ਅੰਦਰ ਰਿਸੀਵ, ਆਪਾਂ ਜੇ ਹਿਊਮਨ ਬੋਡੀ ਦੀ ਗੱਲ ਕਰੀਏ ਤਾਂ ਵੇਨਸ ਨੇਗੀਆਂ, ਇਹਨਾਂ ਦੇ ਥਰੂ ਜਿਹੜਾ ਜਿੱਦਾਂ ਬਲੱਡ ਸਰਕੂਲੇਟ ਹੋ ਕੇ ਅੱਗੇ ਜਾਂਦਾ ਹੈ, ਤਾਂ ਇਸੇ ਤਰੀਕੇ ਦੇ ਨਾਲ ਇੱਥੋਂ ਵੀ ਜਿਹੜਾ ਸਾਡਾ ਮਿਲਕ ਹੈ ਸਕ ਹੋ ਕੇ ਦੁਬਾਰਾ ਚਿਲਿੰਗ ਵਿੱਚ ਲੱਗ ਜਾਂਦਾ ਹੈ, ਚਿਲਿੰਗ ਤੋਂ ਬਾਅਦ ਰੋ ਮਿਲਕ ਟੈਂਕਰਸ ਦੇ ਵਿੱਚ ਜਾਂਦਾ ਹੈ। ਅੱਛਾ, ਉਸ ਤੋਂ ਬਾਅਦ ਫਿਰ ਬਟਰ ਦਾ ਕੀ ਹੁੰਦਾ ਉਹ ਆਪਾਂ ਬਾਅਦ ਵਿੱਚ ਸਮਝਾਂਗੇ, ਪਹਿਲਾਂ ਤੁਸੀਂ ਸੈਂਪਲਿੰਗ ਦਾ ਦਿਖਾਓ ਡੌਕ ਲੈਬ ਤੇ। ਸਾਹਮਣੇ ਵਾਲੀ ਵਿੰਡੋ ਚੋਂ ਪਲੰਜਿੰਗ ਤੋਂ ਬਾਅਦ ਜਿਹੜੇ ਸੈਂਪਲ ਡਰਾ, ਯੂਨੀਫਾਰਮ ਸੈਂਪਲ ਡਰਾ ਹੋਏ ਆ, 3 ਬੋਟਲਸ ਵਿੱਚ ਸੈਂਪਲ ਡਰਾ ਹੁੰਦੇ ਆ, ਦੋ ਬੋਟਲਸ ਇੱਥੇ ਸੈਂਪਲਿੰਗ ਵਾਸਤੇ ਰੱਖੇ ਜਾਂਦੇ, ਇੱਕ ਕੰਟਰੋਲ ਸੈਂਪਲ ਮੇਨ ਗੇਟ ਤੇ ਰੱਖਿਆ ਜਾਂਦਾ। ਤੇ ਜਿਹੜੇ ਇਨ ਕੇਸ ਆਫ ਐਨੀ ਡਿਸਕ੍ਰਿਪੈਂਸੀ, ਸਮਬਡੀ ਵਾਂਟਸ ਅ ਰਿਪੀਟ, ਕਿਸੇ ਨੂੰ ਰਿਪੀਟ ਸੈਂਪਲ ਕਰਾਣਾ ਆ, ਤਾਂ ਉਹ ਉਥੋਂ ਸੈਂਪਲ ਲਿਜਾ ਕੇ, ਹਰ ਵਾਰ ਚਾਹੇ ਜਿੰਨੇ ਵੀ ਟੈਂਕਰ ਆ ਰਹੇ ਨੇ ਉਹਨਾਂ ਦਾ ਇੱਕ ਸੈਂਪਲ ਗੇਟ ਤੇ ਰਹੂਗਾ ਹਰ ਇੱਕ। ਹਾਂਜੀ ਬਿਲਕੁਲ ਸਰ। ਉਦੋਂ ਬਾਅਦ ਬਾਕੀ ਮੈਮ ਨਵਨੀਤ ਨੇ ਇਹ ਵੀ ਦੱਸ ਦੇਣਗੇ ਤੁਹਾਨੂੰ, ਸਾਡੇ ਕੋਲ 4 ਏ ਟ੍ਰਾਂਸਫਰਮੇਸ਼ਨ ਸੀਰੀਜ਼ ਦੀ, ਇਹਦੇ ਉੱਪਰ 14 ਅਲਟਰੇਸ਼ਨ ਪੈਰਾਮੀਟਰ ਜਿਹੜੇ ਪਤਾ ਚੱਲ ਜਾਂਦੇ ਸਾਨੂੰ ਨਾਲ ਹੀ। ਇਹ ਹੁੰਦਾ ਕਿ ਕੋਈ ਸੈਂਪਲ ਪਾਸ ਨਾ ਹੋ? ਹਾਂਜੀ, ਦੁੱਧ ਇਹ ਹੁੰਦਾ ਕਿ ਕਈ ਵਾਰ ਕੋਈ ਸੈਂਪਲ ਰਿਜੈਕਟ ਹੋ ਜਾਂਦਾ? ਨਹੀਂ ਸਰ, ਓਕੇ ਹੈ। ਓਕੇ ਹੈ ਤਕਰੀਬਨ। ਹਾਂਜੀ ਹਾਂਜੀ। ਸਾਹਮਣੇ ਜਿਵੇਂ ਸੈਂਪਲਿੰਗ ਹੋਈ, ਮੈਮ ਨੇ ਦੱਸਿਆ ਨਾ ਉਹਦੀ ਟੈਸਟਿੰਗ ਵਾਸਤੇ ਜਿਹੜੀ ਮਸ਼ੀਨ ਆ ਉਹ FT ਆ। ਓਕੇ, ਸਾਹਮਣੇ ਵਾਲੀ ਮਸ਼ੀਨ ਆ 15 ਚੱਲਦੀ ਆ। FT ਮੈਨੂੰ ਸਮਝਾ ਸਕਦੇ ਹੋ? FT ਸਰ ਮਸ਼ੀਨ ਮਿਲਕੋ ਸਕੈਨ ਮਸ਼ੀਨ ਦੀ ਸੀਰੀਜ਼ ਆ। ਕੰਟਰੋਲ ਰੂਮ ਹੈ ਸਰ LMP ਯੂਨਿਟ ਦਾ। ਜਿਵੇਂ ਆਪਾਂ ਪਹਿਲਾਂ ਦੇਖਿਆ ਕਿ ਮਿਲਕ ਰਿਸੀਵ ਹੋ ਗਿਆ, ਮਿਲਕ ਰਿਸੀਵ ਹੋਣ ਤੋਂ ਬਾਅਦ ਰੋ ਮਿਲਕ ਸਾਈਲੋਜ਼ ਤੋਂ ਉਹਦੇ ਬਾਅਦ ਉਹਦੀ ਪ੍ਰੋਸੈਸਿੰਗ ਹੁੰਦੀ। ਪ੍ਰੋਸੈਸਿੰਗ ਦੇ ਵਿੱਚ ਉਹ ਪੈਸਚਰਾਈਜੇਸ਼ਨ ਪ੍ਰੋਸੀਜਰ ਦੇ ਥਰੂ ਲੰਘਦਾ ਹੈ। ਉਹ ਇੱਦਾਂ ਹੁੰਦਾ, ਪੈਸਚਰਾਈਜੇਸ਼ਨ ਤੋਂ ਮਤਲਬ ਸਾਡਾ ਇਹ ਹੁੰਦਾ ਆ
ਕਿ ਦੁੱਧ ਦਾ ਹਰ ਇੱਕ ਕਣ ਇੱਕ ਟਾਈਮ ਟੈਂਪਰੇਚਰ ਕੰਬੀਨੇਸ਼ਨ ਦੇ ਥਰੂ ਨਿਕਲਦਾ ਤਾਂ ਜੋ ਕਿ ਉਹਦੇ ਵਿੱਚ ਉਹਨੂੰ ਸਪੋਇਲੇਜ ਬੈਕਟੀਰੀਆ, ਕੋਈ ਖਰਾਬ ਕਰਨ ਵਾਲਾ ਬੈਕਟੀਰੀਆ, ਕੋਈ ਪੈਥੋਜੈਨਿਕ ਜਿਹੜਾ ਕਿ ਬਿਮਾਰੀ ਪੈਦਾ ਕਰਨ ਵਾਲਾ ਬੈਕਟੀਰੀਆ, ਕੋਈ ਵੀ ਇਹ ਦੋਨੋਂ ਤਰ੍ਹਾਂ ਦੇ ਬੈਕਟੀਰੀਆ ਦੀ ਮਾਤਰਾ ਬਿਲਕੁਲ ਘੱਟ ਜਾਵੇ, ਜਿੰਨੀ ਮੈਕਸੀਮਮ ਘੱਟ ਸਕਦੀ ਆ ਘੱਟ ਸਕੇ, ਅਤੇ ਪਲੱਸ ਘੱਟੇ ਵੀ ਅਤੇ ਦੁੱਧ ਦੀ ਕੁਆਲਿਟੀ 'ਚ ਵੀ ਫਰਕ ਨਾ ਪਵੇ। ਉਹ ਸਾਰਾ ਕੁਛ ਇੱਥੋਂ ਕੰਟਰੋਲ, ਉਹ ਸਾਰਾ ਇਸ ਮਸ਼ੀਨ ਇਸ ਕੰਟਰੋਲ ਰੂਮ 'ਚੋਂ ਕੰਟਰੋਲ ਹੁੰਦਾ। ਅੱਛਾ, ਉਸ ਤੋਂ ਬਾਅਦ ਜਿਹੜਾ ਉਹ ਦੁੱਧ ਤੋਂ ਆਪਾਂ ਦੇਖਿਆ ਸੀ ਪਾਈਪ ਦੇ ਰਾਹੀਂ ਜਦੋਂ ਮਸ਼ੀਨ ਦੇ ਵਿੱਚ ਜਾਂ ਸਾਈਲੋਜ਼ ਦੇ ਵਿੱਚ ਚਲਾ ਗਿਆ, ਤਾਂ ਉਸ ਤੋਂ ਬਾਅਦ ਕੀ ਕਰਨਾ ਉਹ ਇੱਥੋਂ ਤੈਅ? ਇੱਥੋਂ ਪ੍ਰੋਸੈਸਿੰਗ ਦਾ ਪ੍ਰੋਸੀਜਰ ਪਲਾਨ ਹੁੰਦਾ ਅਤੇ ਪਲੈਨਿੰਗ ਤੋਂ ਬਾਅਦ ਉਹਦੀ ਐਗਜ਼ੀਕਿਊਸ਼ਨ ਹੁੰਦੀ ਆ। ਅੱਛਾ, ਪਲੈਨਿੰਗ ਇਹ ਵੀ ਹੁੰਦਾ ਹੋਊਗਾ ਵੀ ਕਿੰਨਾ ਦੁੱਧ ਸੈਂਪਲ ਜਿਹੜਾ ਸਿੱਧਾ ਦੁੱਧ ਪੈਕਟਾਂ ਦੇ ਵਿੱਚ ਜਾਊਗਾ, ਜਾਂ ਫਿਰ ਕਿੰਨੇ ਦਾ ਬਟਰ ਬਣਨਾ, ਕਿੰਨੇ ਦੀ ਕਰੀਮ ਬਣਨੀ ਹੈ, ਕਿੰਨੇ ਦਾ ਜਿਹੜਾ ਪਾਊਡਰ ਬਣਨਾ, ਉਹ ਸਾਰਾ ਕੁਛ ਇੱਥੋਂ ਡਿਸਾਈਡ ਹੁੰਦਾ? ਇੱਥੋਂ ਡਿਸਾਈਡ ਹੁੰਦਾ ਆ, ਜਿਹੜੇ ਅਸਿਸਟੈਂਟ ਮੈਨੇਜਰ ਡਿਪਟੀ ਮੈਨੇਜਰ ਰੈਂਕ ਦੇ ਬੰਦੇ ਆ, ਉਹ ਡਿਸਾਈਡ ਕਰਦੇ ਆ ਅਤੇ ਉਹਨਾਂ ਓਪਰੇਟਰਸ ਨੂੰ ਇੰਸਟਰਕਟ ਕਰਦੇ ਆ ਕਿ ਤੁਸੀਂ ਆਹ ਚੀਜ਼ ਇੰਨੀ ਕੁਆਂਟਿਟੀ ਦੁੱਧ ਆਪਣੀ ਸਬਸਿਡੀ ਸਪਲਾਈ ਲਈ ਦੇਣਾ ਆ, ਇੰਨੀ ਕੁਆਂਟਿਟੀ ਮਿਲਕ ਤੁਸੀਂ ਸੈਪਰੇਸ਼ਨ ਕਰਨੀ ਆ, ਪਾਊਡਰ ਪਲਾਂਟ ਨੂੰ ਫੀਡ ਕਰਨਾ, ਜਿਹੜੀ ਕਰੀਮ ਆ ਉਹ ਤੁਸੀਂ ਟੇਬਲ ਪਲਾਂਟ ਨੂੰ ਟੇਬਲ ਬਟਰ ਸੈਕਸ਼ਨ ਨੂੰ ਫੀਡ ਕਰਨੀ, ਅਤੇ ਜਿਹੜੀ ਕਰੀਮ ਟੇਬਲ ਬਟਰ ਸੈਕਸ਼ਨ ਲਈ ਸੈਗਰੀਗੇਟ ਹੋ ਜਾਂਦੀ ਆ ਉਹ ਇੱਥੋਂ ਫਿਰ ਜਾਂਦੀ ਆ ਟੇਬਲ ਬਟਰ ਦੇ ਸਟੋਰੇਜ ਟੈਂਕ, ਕਰੀਮ ਸਟੋਰੇਜ ਟੈਂਕਸ ਦੇ ਵਿੱਚ, ਜਿਹੜੀ ਜਿਹਦੀ ਕਿ ਉਹ ਮੁੰਡਾ CIP ਕਰ ਰਿਹਾ ਸੀ, ਉਧਰ ਵਾਲਾ ਆਪਰੇਟਰ। ਠੀਕ ਆ, ਸੋ ਹੁਣ ਆਪਾਂ ਇਸ ਤੋਂ ਬਾਅਦ ਕਿੱਧਰ ਜਾਵਾਂਗੇ? ਸਰ ਪ੍ਰੋਸੈਸਿੰਗ ਹਾਲ 'ਚ ਜਾਣਾ ਹੁੰਦਾ। ਉਧਰ ਕੀ ਹੈ ਜੀ? ਉਹਦੇ ਵਿੱਚ ਸਰ ਇਕਵਿਪਮੈਂਟਸ ਨੇ ਜਿਨ੍ਹਾਂ ਦੇ ਥਰੂ ਆਪਾਂ ਪ੍ਰੋਡਕਟ ਦੀ ਸੈਪਰੇਸ਼ਨ, ਪ੍ਰੋਡਕਟ ਦੀ ਪੈਸਚਰਾਈਜੇਸ਼ਨ, ਓਕੇ, ਜਾਂ ਉਹਨੂੰ ਅੱਗੇ ਚਿਲਿੰਗ ਥਰੂ ਅੱਗੇ ਸੈਪਰੇਸ਼ਨ ਚਿਲਿੰਗ ਥਰੂ ਅੱਗੇ ਸਿਟੀ ਸਪਲਾਈ 'ਚ ਪਹੁੰਚਦਾ ਕਰਦੇ ਹਾਂ, ਉਹ ਸਾਰੀ ਇਕਵਿਪਮੈਂਟਸ ਇੱਥੇ ਮੌਜੂਦ ਹੋਣਗੀਆਂ ਅਤੇ ਆਪਾਂ ਸਾਨੂੰ ਮਸ਼ੀਨਾਂ ਦੇਖਾਂ। ਇਹਦੇ ਵਿੱਚ ਕਲੈਰੀਫਿਕੇਸ਼ਨ ਵੀ ਹੁੰਦੀ ਆ, ਸੈਪਰੇਸ਼ਨ ਵੀ ਹੁੰਦੀ ਆ, ਸਟੈਂਡਰਡਾਈਜੇਸ਼ਨ ਵੀ ਹੁੰਦੀ ਆ, ਟ੍ਰਾਈ ਪ੍ਰੋਸੈਸ ਸੈਪਰੇਟਰ। ਉਦੋਂ ਬਾਅਦ ਹੁਣ ਅਸੀਂ ਟੇਬਲ ਬਟਰ ਸੈਕਸ਼ਨ ਦੇ ਵਿੱਚ ਆ ਗਏ ਹਾਂ। ਮੈਮ ਸਾਨੂੰ ਦੱਸੋ ਕਿ ਇੱਥੇ ਹੁਣ ਇਸ ਸੈਕਸ਼ਨ ਦੇ ਵਿੱਚ ਕੀ ਹੁੰਦਾ, ਸਾਨੂੰ ਅੰਦਰ ਦਿਖਾਓ ਵੀ ਤੇ ਜ਼ਰੂਰ ਦੱਸੋ। ਟੇਬਲ ਬਟਰ ਸੈਕਸ਼ਨ ਦੇ ਵਿੱਚ ਪਹਿਲਾਂ ਮੈਨੂਫੈਕਚਰਿੰਗ ਹੁੰਦੀ ਆ, ਸਾਹਮਣੇ ਵਾਲੀ ਮਸ਼ੀਨ ਮੈਨੂਫੈਕਚਰਿੰਗ ਦੀ ਆ, ਉਦੋਂ ਬਾਅਦ ਸਾਡੇ ਕੋਲ 3 ਮਸ਼ੀਨਾਂ ਨੇ ਫੋਰ ਪੈਕਿੰਗ, ਇੱਕ ਫੋਰ ਮੈਨੂਫੈਕਚਰਿੰਗ, ਦੇਖ ਸਕਦੇ ਆਪਾਂ ਉਹਦੇ ਵਿੱਚ ਕੁਝ ਪਤਾ ਲੱਗੂਗਾ? ਉਹਦੇ ਵਿੱਚ ਦੇਖ ਕੇ ਕੁਛ ਨਹੀਂ ਰਿਹਾ ਹੈਗਾ, ਬਿਕੋਜ਼ ਉਹ ਸਾਰਾ ਦਾ ਸਾਰਾ ਆਟੋਮੇਟਿਡ ਆ, ਅੰਡਰ ਸਿਰਫ ਔਰ ਸਿਰਫ 2-3 ਵਾਚ ਗਲਾਸਿਸ ਥਰੂ ਆਪਾਂ ਦੇਖ ਸਕਦੇ ਹਾਂ। ਕਰੰਟਲੀ ਮੈਨੂਫੈਕਚਰਿੰਗ ਦੀ ਪ੍ਰੋਸੀਜਰ ਖਤਮ ਹੋ ਚੁੱਕਿਆ ਆ, ਕਰੰਟਲੀ ਪੈਕਿੰਗ ਪ੍ਰੋਸੀਜਰ ਚੱਲ ਰਿਹਾ। ਸਾਰੀਆਂ ਜਿਵੇਂ ਮਸ਼ੀਨਾਂ ਦੀ ਗੱਲ ਕਰਾਂ, ਇਹ ਕਿੱਥੋਂ ਦੀਆਂ ਮਸ਼ੀਨਾਂ ਨੇ? ਜਿਹੜੀ ਕਰੰਟ ਇਹ ਮਸ਼ੀਨ ਇਹ ਸਾਰੀਆਂ ਟੈਟਰਾ ਪੈਕ ਦੀਆਂ ਨੇ, ਆਟੋਮੇਟਿਡ ਯੂਨਿਟ ਹੈ ਸਾਰੀ, ਇਹ ਸਾਰੀ ਟੈਟਰਾ ਪੈਕ ਦੀ ਆ ਮੈਨੂਫੈਕਚਰਿੰਗ ਦੀ। ਓਕੇ, ਜਿਹੜੀ ਪੈਕਿੰਗ ਮਸ਼ੀਨਸ ਨੇ ਉਹ ਅਲੱਗ ਅਲੱਗ ਕੰਪਨੀਆਂ ਦੀ, ਸਾਰੀ ਆਟੋਮੈਟਿਕ ਨੇ, ਇਹਦੇ ਲਈ ਮੈਨੂਫੈਕਚਰਿੰਗ ਸਾਰੀ ਆਟੋਮੈਟਿਕ ਆ। ਇਸ ਤੋਂ ਬਾਅਦ ਪੈਕਿੰਗ ਇਹਦੇ ਟੈਂਕਾਂ ਦੇ ਵਿੱਚ ਕਰੀਮ ਸਟੋਰ ਕਰਦੇ ਆ, ਉਹਦੀ ਏਜਿੰਗ ਹੁੰਦੀ ਆ, ਬਟਰ ਮਿਲਕ ਸਟੋਰ ਹੁੰਦਾ ਆ, ਜਦੋਂ ਕਰੀਮ ਦੇ ਬਟਰ ਬਣਦਾ ਬਟਰ ਮਿਲਕ ਸਟੋਰ ਕਰਨਾ, ਤਾਂ ਉਹ ਇਹਦਾ ਟੈਂਕਾਂ 'ਚ ਹੀ ਹੁੰਦਾ।
ਬੰਦ ਕਰਕੇ ਅਸੀਂ ਉਹਨਾਂ ਦੇ ਤੱਕ ਪਹੁੰਚਦਾ ਕਰਦੇ ਹਾਂ, ਬਟ ਜੇ ਆਪਾਂ ਕਾਰਟਨ ਪੈਕਿੰਗ ਕਰਨੀ ਉਹ ਕੰਜ਼ਿਊਮਰ ਪੈਕਿੰਗ ਹੁੰਦੀ ਹੈ। ਤਾਂ ਇਸ ਤੋਂ ਬਾਅਦ ਹੁਣ ਸਿੱਧਾ ਇਹ ਕੰਜ਼ਿਊਮਰ ਤੱਕ ਪਹੁੰਚੂਗਾ, ਗਾਹਕ ਤੱਕ ਪਹੁੰਚੂਗਾ ਉਹਨਾਂ ਦੇ ਖਾਣ ਦੇ ਲਈ, ਤਾਂ ਉਹ ਇਸ ਤੋਂ ਬਾਅਦ ਮਾਰਕੀਟ ਦੇ ਵਿੱਚ ਜਾਣ ਦੇ ਲਈ ਤਿਆਰ ਹੈ। ਹਾਂਜੀ, ਪੈਕਿੰਗ ਤੋਂ ਬਾਅਦ ਕਰੰਟਲੀ ਇਹ 8 ਗ੍ਰਾਮ ਦੀ ਮਸ਼ੀਨ ਆ, ਇਹ ਸਾਰੀ ਦੀ ਸਾਰੀ ਜਿਹੜੀ ਟਿਪਲੇਟਸ ਦੀ ਬੋਟਮ ਆ ਨਾ, ਉਹ ਸਾਰਾ ਇਹ ਇਹਦੇ ਨਾਲ ਮੈਨੂਫੈਕਚਰ ਹੁੰਦਾ ਪਿਆ। ਆਹ ਦੇਖਾਂਗੇ ਆਪਾਂ ਇਹਦੇ ਨਾਲ ਹੀ ਲੱਗੇ ਅੱਗੇ ਉੱਪਰਲੀ ਲਾਈਨ ਦਾ ਜਿਹੜਾ ਆਪਣੀ ਐਲੂਮੀਨੀਅਮ ਫੋਇਲ ਦਾ ਸੀਲਿੰਗ ਸ਼ੁਰੂ ਹੋ ਜਾਣੀ ਆ। ਸੀਲਿੰਗ ਤੋਂ ਬਾਅਦ ਇਹਦੇ ਵਿੱਚ ਹੀ ਆਪਣੀ ਪ੍ਰਿੰਟਿੰਗ ਹੋ ਜਾਣੀ ਆ। ਜਦੋਂ ਟੱਬ ਫਾਰਮ ਹੁੰਦਾ ਨਾ, ਟੱਬ ਦੇ ਬੋਟਮ ਦੇ ਉੱਤੇ ਹੀ ਪ੍ਰਿੰਟਿੰਗ ਹੋ ਜਾਂਦੀ ਆ। ਮੈਂ ਤੁਹਾਨੂੰ ਅੱਗੇ ਚਿਪਲੇਟ ਦਿਖਾ ਦਿੰਦੀ ਹਾਂ। ਹੁਣ ਚਿਪਲੇਟ ਦਾ ਸਾਈਜ਼ ਕੱਟ ਹੋ ਗਿਆ, ਉਹ ਵੇਸਟ ਫਿਲਮ ਇਕੱਠੀ ਹੋਈ ਜਾਂਦੀ ਆ ਉੱਧਰ। ਚਿਪਲੇਟ ਸਾਰੀਆਂ ਉਹਦੀ ਉਹ ਵੇਸਟੇਜ ਚ ਹੀ ਆਉਂਦੀ ਆ, ਤੇ ਉਹਦੇ ਨੂੰ ਡਿਸਕਾਰਡ ਕਰਨ ਦਾ ਪ੍ਰੋਸੀਜਰ ਡਿਫਰੈਂਟ ਹੁੰਦਾ। ਹਾਂਜੀ, ਆਹ ਸੀ ਬੋਕਸ ਬਣ ਬਣ ਕੇ ਅੰਦਰ ਜਾ ਰਹੇ ਆ, ਇਹਨਾਂ ਦੇ ਵਿੱਚ ਉਹਨਾਂ ਨੇ ਚਿਪਲੇਟ ਭਰੀ ਜਾਣੀ ਆ। ਉਹ ਦੇਖੋ ਇੱਕ ਵਾਰ ਉਹ ਚਿਪਲੇਟ ਫਿਲ ਹੋ ਰਹੀ ਆ, ਉਹ ਵਾਲੀ ਸਾਹਮਣੇ ਇੱਧਰ ਸੀ ਬੋਕਸ ਜਾ ਰਿਹਾ, ਸੀ ਬੋਕਸ ਦੇ ਵਿੱਚ ਉਹ ਚਿਪਲੇਟਸ ਲੋਡ ਕਰੀ ਜਾਂਦੀ ਆ ਮਸ਼ੀਨ ਆਟੋਮੈਟਿਕਲੀ। ਅੱਗੇ ਆ ਜਾਣਾ, ਅੱਗੇ ਟੇਪਿੰਗ ਹੋਊਗੀ, ਵੇਟ ਚੈੱਕ ਹੁੰਦਾ ਆ, ਤੇ ਉਦੋਂ ਬਾਅਦ ਅੱਗੇ ਦੂਸਰੇ ਜਿਹੜੀ ਸੈਕੰਡਰੀ ਪੈਕਿੰਗ ਉਹਦੇ ਵਿੱਚ ਜਾਂਦਾ। ਇੱਕ ਬੋਕਸ ਦੇ ਵਿੱਚ ਕਿੰਨੇ ਪੀਸੀ ਹੁੰਦੇ ਨੇ? 60 ਹੁੰਦੇ ਆ। ਆਟੋਮੈਟਿਕਲੀ ਪ੍ਰਿੰਟ ਹੋ ਗਿਆ ਜੇ ਡੇਟ ਆਫ ਮੈਨੂਫੈਕਚਰਿੰਗ 17/5/24, ਡੇਟ ਆਫ ਐਕਸਪਾਇਰੀ ਬੈਚ ਦੇ ਬੋਟਮ ਤੇ ਮੈਂਸ਼ਨ ਹੁੰਦਾ। ਖਰਾਬ ਚਿਪਲੇਟ ਆ ਜਿਹੜੀਆਂ, ਕੋਈ ਗਿਰ ਗਈ ਆ ਚਿਪਲੇਟ, ਇਹਦਾ ਜਿਹੜਾ ਬਟਰ ਆ ਉਹਨੂੰ ਡਿਫਰੈਂਟ ਤਰੀਕੇ ਨਾਲ ਯੂਜ ਕੀਤਾ ਜਾਂਦਾ ਹੈ, ਜਿਹੜਾ ਪੈਕਿੰਗ ਮਟੀਰੀਅਲ ਆ ਉਹ ਡਿਸਕਾਰਡ ਕੀਤਾ। ਫਸਟ ਆਪਾਂ ਪਹਿਲਾਂ ਬਟਰ ਲੈ ਕੇ ਬਟਰ ਨੂੰ ਪਾਰਚਮੈਂਟ ਪੈਕ ਕਰ ਲੈਂਦੇ ਹਾਂ, ਪਾਰਚਮੈਂਟ ਵਿੱਚ ਪੈਕ ਕਰਕੇ ਉਹਨਾਂ ਨੂੰ ਬੋਕਸਿਸ ਰੱਖਦੇ ਹਾਂ ਸੈਕੰਡਰੀ ਪੈਕਿੰਗ। ਉਦੋਂ ਬਾਅਦ ਮੈਨੂਅਲੀ ਉਹਨਾਂ ਨੂੰ ਕੋਰੂਗੇਟਡ ਬੋਕਸਿਸ ਚ ਪਾਉਂਦੇ ਇੰਡੀਵਿਜੁਅਲ। ਮੈਨੂਅਲੀ ਮਸ਼ੀਨ ਦਾ ਕੰਮ ਘੱਟ ਹੈ,
ਇਹਦੇ ਵਿੱਚ ਮਸ਼ੀਨ ਦੀ ਸਰ ਹਲੇ ਅੰਡਰ ਮੇਨਟੇਨੈਂਸ ਆ, ਮਤਲਬ ਕੰਪਨੀ ਨੇ ਆ ਕੇ ਦੁਬਾਰਾ ਮਸ਼ੀਨ ਨੂੰ ਸੈੱਟ ਕਰਨਾ ਆ, ਤੇ ਉਹਦੇ ਕਰਕੇ ਜਿੰਨਾ ਮੈਕਸੀਮਮ ਹੁੰਦਾ ਉਹਦੇ ਵੱਲੋਂ ਅਸੀਂ ਕਰਦੇ ਹਾਂ। ਅੱਛਾ, ਤਾਂ ਵੈਸੇ ਮਸ਼ੀਨ ਦੇ ਰਾਹੀਂ ਵੀ ਇਹ ਹੁੰਦਾ ਪਰ ਮੈਨੂਅਲ ਵੀ ਹੋ ਰਿਹਾ? ਹਾਂਜੀ ਸਰ, ਮਸ਼ੀਨ ਦੇ ਰਾਹੀਂ ਜਿਹੜੇ ਅਪਾਰਟਮੈਂਟ ਚ ਪੈਕ ਹੋਇਆ ਨਾ, ਉਹ ਮਸ਼ੀਨ ਦੇ ਰਾਹੀਂ ਪੈਕ ਹੋਇਆ। ਕਿੱਥੇ ਹੋਇਆ ਦਿਖਾ ਸਕਦੇ? ਬੰਡਲ ਸ਼ਿਪ ਕਰੰਟਲੀ ਮੰਨਦਾ ਬਸ। ਅੱਛਾ, ਇਹ ਜਿਹੜਾ ਪੈਕ ਹੋ ਗਿਆ ਹੈ ਕੋਰੂਗੇਟਡ ਬਾਕਸਸ ਨੇ ਨਾ, ਇਹ ਕੋਰੂਗੇਟਡ ਬਾਕਸਸ ਨਾ ਫੀਡ ਹੁੰਦੇ ਆ ਮਸ਼ੀਨ, ਜਿਹੜੇ ਪਾਰਟ ਚ ਫੀਡ ਹੁੰਦੇ ਆ ਉਹਦਾ ਇੱਕ ਪਾਰਟ ਮਿਸਿੰਗ ਆ, ਉਹਦੇ ਕਰਕੇ ਮੈਨੂਅਲ ਕਾਰਟਨ ਦੇ ਵਿੱਚ ਫਿਲ ਕਰ ਰਹੇ। ਜਿਹੜੀ ਪਾਰਟਮੈਂਟ ਰੈਪਿੰਗ ਆ ਉਹ ਮਸ਼ੀਨ ਦੇ ਥਰੂ ਹੀ ਹੋਈ। ਕਿੰਨਾ ਕੁ ਸਟਾਫ ਦੀ ਜ਼ਰੂਰਤ ਰਹਿੰਦੀ ਹੈ ਰੋਜ਼ ਇਸ ਕੰਮ ਦੇ ਲਈ? ਮੈਨ ਪਾਵਰ ਦੀ ਕਿੰਨੀ ਲੋੜ? ਮੈਨ ਪਾਵਰ ਸਰ 30 ਇੰਡੀਵਿਜੂਅਲ ਇਸ ਵਿੱਚ, ਇਹ ਦੋਨਾਂ ਮਸ਼ੀਨਾਂ ਨੂੰ ਪ੍ਰੋਪਰਲੀ ਚਲਾਉਣ ਤੇ ਚਾਹੀਦੇ ਆ। ਸੋ ਸਫਾਈ ਦਾ ਧਿਆਨ ਰੱਖਣ ਦੇ ਲਈ ਪੂਰਾ ਮਤਲਬ ਉਹਨਾਂ ਦੇ ਜਿਹੜੇ ਇਨਕਲੂਡਿੰਗ ਐਵਰੀਥਿੰਗ, ਕਲੀਨਿੰਗ, ਪ੍ਰੋਪਰ ਮਸ਼ੀਨ ਆਪਰੇਟਰਸ ਹੋ ਗਏ ਸਾਡੇ ਜਿਹੜੇ ਵਰਕਰਸ ਨੇ, ਉਦੋਂ ਬਾਅਦ ਉਹਨਾਂ ਦੇ ਬਾਅਦ ਪੋਸਟ ਬਿਫੋਰ ਪੈਕਿੰਗ ਤੇ ਬਾਅਦ ਪੋਸਟ ਪੈਕਿੰਗ ਦੋਨਾਂ ਦੀ ਕਲੀਨਿੰਗ ਦਾ, ਇਹ ਸਾਰੇ ਮਿਲਾ ਕੇ 30 ਵਰਕਰਸ ਲੱਗਦੇ ਨੇ। ਹੁਣ ਇਹ ਸਾਡੇ ਖਾਣ ਦੇ ਲਈ ਤਿਆਰ ਹੈ, ਪਰੌਂਠਿਆਂ ਦੇ ਉੱਪਰ ਜਾਣ ਦੇ ਲਈ ਤਿਆਰ? ਹਾਂਜੀ ਸਰ, ਬਿਲਕੁਲ ਤਿਆਰ ਹੈ। ਤੁਹਾਡੇ ਕੋਲ ਇਹਦੀ ਟੈਕਨੋਲੋਜੀ ਜਿਹੜਾ ਸਾਰਾ ਕੁਝ ਤੁਸੀਂ ਸਿੱਖਿਆ ਹੋਊਗਾ, ਪਰ ਜੇ ਆਸਾਨ ਤਰੀਕੇ ਨਾਲ ਸਮਝਾਉਣਾ ਚਾਹੋ ਤਾਂ ਕੀ ਹੈ? ਇਹ ਆਪਣੇ ਕੋਲ ਟੈਂਕ ਨੇ ਆਪਣੇ ਕੋਲ, ਠੀਕ ਹੈ, ਜੋ ਕਰੀਮ ਟੈਂਕ ਸਟੋਰੇਜ ਟੈਂਕ ਨੇ, ਜੋ ਆਪਾਂ ਕਰੀਮ ਦੀ ਏਜਿੰਗ ਕਰਨ ਤੋਂ ਬਾਅਦ ਇਹਨੂੰ ਸਟੋਰੇਜ ਕਰ ਦੇਈਦਾ, ਆਪਾਂ ਸਟੋਰੇਜ ਕਰਨ ਤੋਂ ਬਾਅਦ ਆਪਾਂ ਵਰਕਿੰਗ 'ਚ ਲੈਂਦੇ ਹਾਂ ਜੀ ਇਹਨੂੰ ਆਪਾਂ, ਠੀਕ ਹੈ, ਜੋ ਵੀ ਆਪਣੀ ਕਰੀਮ ਆਉਂਦੀ ਹੈ ਜੀ। ਸਾਰੀ ਮਸ਼ੀਨ ਤੁਸੀਂ ਇੱਥੋਂ ਹੀ ਚਲਾ? ਹਾਂਜੀ ਹਾਂਜੀ ਹਾਂਜੀ। ਜੇ ਮੰਨ ਲਓ ਕਿਸੇ ਮਸ਼ੀਨ ਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਆ ਜੇ ਤਾਂ ਉੱਥੇ ਜਾਣਾ ਪੈਂਦਾ ਜਾਂ ਉਹ ਵੀ ਇੱਥੋਂ ਹੀ ਠੀਕ ਹੁੰਦੀ ਹੈ? ਨਹੀਂ ਜੀ, 50% ਆਪਣੇ ਤੋਂ ਨੌਲੇਜ ਪਤਾ ਲੱਗ ਜਾਂਦਾ ਵੀ ਫਾਲਟ ਕੀ ਆ ਰਿਹਾ ਆ, ਜੇ ਆਪਣੇ ਮਕੈਨੀਕਲੀ ਫਾਲਟ ਆ ਜਾਂ ਕੋਈ ਇਲੈਕਟ੍ਰੀਕਲੀ ਫਾਲਟ ਆ, ਆਪਣੇ ਉੱਤੇ ਸ਼ੋ ਹੋ ਜਾਂਦਾ ਜੀ ਆਪਣੇ ਕੋਈ ਫਾਲਟ ਕਿਹੜਾ, ਜੇ ਫਾਲਟ ਆ ਰਿਹਾ ਆਪਣੇ ਕੋਲ ਵੋਲ ਫਾਲਟ ਆ ਰਿਹਾ ਜਾਂ ਕੋਈ ਫਾਲਟ ਆ ਰਿਹਾ ਆਪਣੇ ਕੋਲ। ਐਡਵਾਂਸ ਟੈਕਨੀਕ ਹੈ ਕਿ ਇੱਥੋਂ ਹੀ ਸਾਰਾ ਕੁਝ ਕੰਟਰੋਲ ਹੁੰਦਾ? ਹਾਂਜੀ ਸਰ, ਕੰਟਰੋਲ ਹੁੰਦਾ, ਕੁਝ ਟੈਕਨੀਕਲ ਗਲਿਚਸ ਹੋ ਜਾਂਦੇ ਆ ਜਿਹੜੇ ਉਹਨਾਂ ਵਾਸਤੇ ਸਾਨੂੰ ਜਾ ਕੇ ਮੈਨੂਅਲੀ ਆਪਰੇਟ ਕਰਨਾ ਪੈਂਦਾ। ਮੋਸਟਲੀ ਮਤਲਬ ਸਾਰਾ ਮੈਕਸਿਮਮ ਇੱਥੇ ਹੀ ਹੁੰਦਾ, ਆਟੋਮੈਟਿਕਲੀ ਹੀ ਹੁੰਦਾ ਹੈ, ਮਤਲਬ ਲੇਬਰ ਦਾ ਰਿਸਕ ਵੀ ਜਿਹੜਾ ਹੈ ਉਹ ਵੀ ਘੱਟ ਹੈ, ਹਿਊਮਨ ਇੰਟਰਵੈਂਸ਼ਨ ਬਹੁਤ ਘੱਟ ਆ ਤਾਂ ਕਿ ਪ੍ਰੋਡਕਟ ਦੀ ਕੁਆਲਿਟੀ ਸੁਪਰੀਮ ਹੋਵੇ, ਹਿਊਮਨ ਇੰਟਰਵੈਂਸ਼ਨ ਬਹੁਤ ਘਟਾਈ ਹੋਈ ਹੈ। ਹਾਂਜੀ ਮੈਮ। ਸਰ, ਇਹ ਮਿਲਕ ਸਟੋਰੇਜ ਸਾਈਲੋਜ਼ ਨੇ, ਇਨਸੂਲੇਟਡ ਟੈਂਕਰ ਹੁੰਦੇ ਜਿਹਦੇ ਬਾਰੇ ਆਪਾਂ ਗੱਲ ਕਰ ਰਹੇ ਸੀ, ਇਹ ਹਾਂਜੀ ਇਹ ਵਰਟੀਕਲ ਨੇ, ਇਸ 7 ਦੇ 7 ਵਰਟੀਕਲ ਨੇ, ਹਰ ਇੱਕ ਦੀ 1 ਲੱਖ ਦੀ ਕਪੈਸਿਟੀ ਆ। 1 ਲੱਖ? ਹਾਂਜੀ, ਮਤਲਬ 7 ਲੱਖ ਜਿਹੜਾ ਲੀਟਰ ਦੁੱਧ ਇੱਥੇ ਸਟੋਰ ਹੋ ਜਾਂਦਾ? ਬਿਲਕੁਲ, 7 ਲੱਖ ਲੀਟਰ ਦੁੱਧ, ਇਹਦੇ ਵਿੱਚੋਂ 3 ਡੈਜ਼ਿਗਨੇਟਡ ਨੇ ਰੋ ਮਿਲਕ ਵਾਸਤੇ, ਬਾਕੀ 4 ਨੇ ਪੈਸਚਰਾਈਜ਼ਡ ਮਿਲਕ ਵਾਸਤੇ। ਜਿਵੇਂ ਰੋ ਮਿਲਕ ਤੋਂ ਪ੍ਰੋਸੈਸ ਪੋਸਟ ਪੈਸਚਰਾਈਜ਼ੇਸ਼ਨ ਤੋਂ ਬਾਅਦ ਆਪਾਂ ਨੂੰ ਪੈਸਚਰਾਈਜ਼ਡ ਮਿਲਕ ਸਟੋਰੇਜ ਟੈਂਕ ਵਿੱਚ ਡੰਪ ਕਰਦੇ ਹਾਂ, ਐਂਡ ਆਫਟਰ ਡੰਪਿੰਗ ਉਹਦੀ ਡਿਸੀਜਨ ਹੁੰਦਾ ਆ ਕਿ ਫਿਲਿੰਗ 'ਚ ਜਾਣਾ ਆ ਜਾਂ ਉਹਨੂੰ ਅਸੀਂ ਪਾਊਡਰ ਪਲਾਂਟ ਨੂੰ ਫੀਡ ਕਰਨਾ। ਜਿਹੜੀ ਕਰੀਮ ਆ, ਕਰੀਮ ਸਟੋਰੇਜ ਟੈਂਕ ਡਿਫਰੈਂਟ। ਸੋ ਮੈਨੂੰ ਲੱਗਦਾ ਕਿ ਤੁਹਾਨੂੰ ਇਹ ਵੀਡੀਓ ਬਹੁਤ ਚੰਗੀ ਲੱਗੀ ਹੋਊਗੀ, ਕਿਉਂਕਿ ਹੁਣ ਜਦੋਂ ਤੁਸੀਂ ਬਟਰ ਨੂੰ ਯੂਜ਼ ਕਰਨਾ, ਬਟਰ ਨੂੰ ਖਾਣਾ, ਤਾਂ ਤੁਹਾਡੇ ਦਿਮਾਗ ਦੇ ਵਿੱਚ ਇਹ ਨਹੀਂ ਆਊਗਾ ਕਿ ਇਹ ਤੁਹਾਡੇ ਘਰਾਂ ਤੱਕ ਕਿਵੇਂ ਬਣ ਕੇ ਪਹੁੰਚਦਾ। ਤੁਹਾਨੂੰ ਇਹ ਹੁਣ ਪਤਾ ਲੱਗ ਗਿਆ ਹੋਊਗਾ ਕਿ ਕੀ ਪ੍ਰੋਸੈਸ ਹੁੰਦਾ ਇਸ ਬਟਰ ਦਾ, ਕਿਵੇਂ ਇਹ ਤਿਆਰ ਹੋ ਕੇ ਪੈਕ ਹੋ ਕੇ ਤੁਹਾਡੇ ਖਾਣ ਦੇ ਲਈ ਕਿੰਨੇ ਜਿਹੜੇ ਸਟੈਪ ਤੋਂ ਗੁਜ਼ਰ ਕੇ, ਕਿੰਨੀਆਂ ਜਿਹੜੀਆਂ ਇਸ ਦੀਆਂ ਜਿਹੜੀਆਂ ਜਿਸ ਤਰੀਕੇ ਦੇ ਨਾਲ ਸੈਂਪਲਿੰਗ ਹੁੰਦੀ ਹੈ, ਕਿੰਨੇ ਇਹਦੇ ਟੈਸਟ ਹੁੰਦੇ ਨੇ, ਉਸ ਤੋਂ ਬਾਅਦ ਕਿਵੇਂ ਪ੍ਰੋਸੈਸ ਹੁੰਦਾ, ਉਹ ਸਾਰੀਆਂ ਚੀਜ਼ਾਂ ਮੈਨੂੰ ਲੱਗਦਾ ਕਿ ਤੁਹਾਨੂੰ ਹੁਣ ਸਮਝ ਆ ਗਈਆਂ ਹੋਣਗੀਆਂ ਕਿ ਇਸ ਦਾ ਫਾਈਨਲ ਜਦੋਂ ਤੁਹਾਡੇ ਘਰ ਤੱਕ ਪਹੁੰਚਦਾ ਹੈ ਤਾਂ ਉਸ ਤੋਂ ਪਹਿਲਾਂ
ਕਿੰਨੇ ਰਸਤਿਆਂ ਤੋਂ ਇਹ ਹੋ ਕੇ ਤੁਹਾਡੇ ਜਿਹੜੀ ਪਲੇਟ ਦੇ ਉੱਪਰ ਆਉਂਦਾ। ਸੋ ਮੈਨੂੰ ਲੱਗਦਾ ਕਿ ਜੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਸ਼ੇਅਰ ਜ਼ਰੂਰ ਕਰ ਦਿਓ। ਧੰਨਵਾਦ।